ਚੈਨਲ ਐ ਟੀਵੀ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਰ ਖਬਰ ਤੱਕ ਪਹੁੰਚਣ ਲਈ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ ਭਾਰਤ ਦੀ ਆਜ਼ਾਦੀ ਨੂੰ 71 ਸਾਲ ਹੋ ਗਏ ਹਨ ਸਾਡੇ ਦੇਸ਼ ਨੇ ਕਈ ਖੇਤਰਾਂ ਵਿੱਚ ਕਾਫੀ ਤਰੱਕੀ ਕੀਤੀ ਹੈ ਜੇ ਅੱਜ ਦੇ ਹਿਸਾਬ ਨਾਲ ਦੇਖੀਏ ਤਾਂ 1947 ਦਾ ਭਾਰਤ ਕਾਫੀ ਅਲੱਗ ਸੀ ਆਓ ਜਾਣਦੇ ਹਾਂ ਕਿ ਜਿਸ ਦਿਨ ਭਾਰਤ ਆਜ਼ਾਦ ਹੋਇਆ ਅਤੇ ਅੱਜ ਦੇ ਹਾਲਾਤਾਂ ਵਿੱਚ ਕਿੰਨਾ ਬਦਲਾਅ ਹੋਇਆ ਹੈ ਮਨਿਆ ਜਾਂਦਾ ਹੈ ਕਿ 15 ਅਗਸਤ 1947 ਨੂੰ ਭਾਰਤ ਦਾ 1 ਰੁਪਿਆ 1 ਡਾਲਰ ਦੇ ਬਰਾਬਰ ਸੀ ਜੋ ਹੁਣ 69 ਰੁਪਏ ਪ੍ਰਤੀ ਡਾਲਰ ਪਹੁੰਚ ਚੁੱਕਾ ਹੈ ਉਸ ਸਮੇਂ ਭਾਰਤੀ ਰੁਪਏ ਨੂੰ ਬ੍ਰਿਟਿਸ਼ ਪਾਉਂਡ ਦੇ ਨਾਲ ਮਾਪਿਆ ਜਾਂਦਾ ਸੀ ਪਰ ਆਜ਼ਾਦੀ ਤੋਂ ਬਾਅਦ ਵਿਕਾਸ ਤੇ ਕਮਾ ਲਈ ਭਾਰਤ ਸਰਕਾਰ ਵੱਲੋਂ ਵਿਸ਼ਵ ਬੈਂਕ ਤੋਂ ਲਏ ਕਰਜ਼ਿਆਂ ਦੇ ਕਾਰਨ ਅੱਜ ਭਾਰਤੀ ਕਰੰਸੀ ਦਾ ਇਹ ਹਾਲ ਹੋ ਚੁੱਕਾ ਹੈ 71 ਸਾਲ ਪਹਿਲਾਂ 1947 ਵਿੱਚ ਸੋਨੇ ਦਾ ਮੁੱਲ 88 ਰੁਪਏ ਪ੍ਰਤੀ ਟੋਲਾ ਸੀ ਜੇ ਗੱਲ ਕਰੀਏ ਉਸ ਸਮੇਂ ਦੀ ਤਾਂ ਸਿਰਫ 88 ਰੁਪਏ ਵਿੱਚ 10 ਗ੍ਰਾਮ ਸੋਨਾ ਖਰੀਦਿਆ ਜਾ ਸਕਦਾ ਸੀ ਪਰ ਹੁਣ ਸਮਾਂ ਕਾਫੀ ਬਦਲ ਚੁੱਕਾ ਹੈ ਹੁਣ 10 ਗ੍ਰਾਮ ਸੋਨਾ ਖਰੀਦਣ ਲਈ ਯਾਨੀ ਕਿ ਇੱਕ ਤੋਲਾ ਸੋਨਾ ਖਰੀਦਣ ਲਈ 30000 ਰੁਪਏ ਖਰਚਣੇ ਪੈਂਦੇ ਹਨ 1947 ਵਿੱਚ ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਇਸ ਦੀ ਜਨਸੰਖਿਆ ਸਿਰਫ 33 ਕਰੋੜ ਸੀ ਇਹ ਜਨਸੰਖਿਆ ਵਟਵਾਰੇ ਦੇ ਸਮੇਂ ਦੀ ਸੀ ਪਰ ਇਸ ਸਮੇਂ ਦੇਸ਼ ਦੀ ਜਨਸੰਖਿਆ 132 ਕਰੋੜ ਹੋ ਚੁੱਕੀ ਹੈ ਇਕ ਰਿਪੋਰਟ ਦੇ ਮੁਤਾਬਿਕ 2020 ਤੱਕ ਭਾਰਤ ਚੀਨ ਨੂੰ ਪਿੱਛੇ ਛੱਡ ਦੇਵੇਗਾ ਇਹ ਵੱਧ ਰਹੀ ਜਨਸੰਖਿਆ ਦੇਸ਼ ਤੇ ਲਗਾਤਾਰ ਬੋਝ ਬਣ ਰਹੀ ਹੈ 1947 ਵਿੱਚ ਭਾਰਤ ਵਿੱਚ ਸਿਰਫ 17 ਸੂਬੇ ਸਨ ਜਿਨ੍ਹਾਂ ਵਿੱਚੋਂ ਆਜ਼ਾਦੀ ਦੇ ਸਮੇਂ ਪੰਜ ਸੂਬੇ ਪਾਕਿਸਤਾਨ ਵਿੱਚ ਸ਼ਾਮਲ ਹੋ ਗਏ ਸਨ ਇਸ ਤੋਂ ਬਾਅਦ ਭਾਰਤ ਵਿੱਚ ਸਿਰਫ 12 ਸੂਬੇ ਬਚੇ ਸਨ ਪਰ ਅੱਜ ਭਾਰਤ ਵਿੱਚ 29 ਸੂਬੇ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ ਹਨ 1947 ਤੋਂ ਬਾਅਦ ਭਾਰਤ ਨੇ ਹੁਣ ਤੱਕ ਆਪਣੇ ਤੋਂ ਅਲੱਗ ਹੋਏ ਗੁਆਂਡੀ ਦੇਸ਼ ਪਾਕਿਸਤਾਨ ਨਾਲ 4 جنگਾਂ ਲੜੀਆਂ ਹਨ ਇਹ جنگਾਂ 1947, 1965, 1971 ਅਤੇ 1999 ਵਿੱਚ ਲੜੀਆਂ ਗਈਆਂ ਇਨ੍ਹਾਂ جنگਾਂ ਵਿੱਚ ਭਾਵੇਂ ਭਾਰਤ ਜੇਤੂ ਰਿਹਾ ਪਰ ਇਨ੍ਹਾਂ جنگਾਂ ਨਾਲ ਦੇਸ਼ ਕਾਫੀ ਪਿੱਛੇ ਚਲਾ ਗਿਆ ਜਿਸ ਕਾਰਨ ਦੇਸ਼ ਦੇ ਨਾਗਰਿਕਾਂ ਲਈ ਰੋਟੀ ਕੱਪੜਾ ਮਕਾਨ ਅੱਜ ਵੀ ਇੱਕ ਸਵਾਲ ਹੈ 1947 ਸਮੇਂ ਭਾਰਤ ਵਿੱਚ ਕੁੱਲ ਮੋਟਰ ਗੱਡੀਆਂ ਤੇ ਵਾਹਨਾਂ ਦੀ ਸੰਖਿਆ 3 ਲੱਖ ਸੀ ਪਰ ਅੱਜ ਭਾਰਤ ਵਿੱਚ 21 ਕਰੋੜ ਤੋਂ ਵੀ ਵੱਧ ਮੋਟਰ ਗੱਡੀਆਂ ਤੇ ਵਾਹਨ ਹਨ ਜਿਸ ਕਾਰਨ ਭਾਰਤ ਦੀ ਹਰ ਸੜਕ ਤੇ ਤੁਹਾਨੂੰ ਬੇਤਹਾਸ਼ਾ ਟ੍ਰੈਫਿਕ ਮਿਲਦਾ ਹੈ ਆਜ਼ਾਦੀ ਤੋਂ ਬਾਅਦ ਭਾਰਤ ਨੇ ਸਿੱਖਿਆ ਦੇ ਖੇਤਰ ਵਿੱਚ ਕਾਫੀ ਤਰੱਕੀ ਕੀਤੀ ਹੈ ਆਜ਼ਾਦੀ ਦੇ ਸਮੇਂ ਭਾਰਤ ਵਿੱਚ 25 ਯੂਨੀਵਰਸਿਟੀਆਂ ਸਨ ਪਰ ਅੱਜ ਭਾਰਤ ਵਿੱਚ 800 ਤੋਂ ਵੀ ਵੱਧ ਯੂਨੀਵਰਸਿਟੀਆਂ ਹਨ ਜਿੱਥੇ ਹੋਰਨਾਂ ਦੇਸ਼ਾਂ ਦੇ ਵਿਦਿਆਰਥੀ ਵੀ ਸਿੱਖਿਆ ਲੈਣ ਆਉਂਦੇ ਹਨ 1947 ਤੋਂ ਲੈ ਕੇ ਅੱਜ 2018 ਤੱਕ ਇੰਨਾ ਬਦਲ ਗਿਆ ਹੈ ਸਾਡਾ ਭਾਰਤ ਜੇ ਤੁਹਾਡੇ ਕੋਲ ਵੀ ਹੈ ਕੋਈ ਜਿਹੜਾ ਤਾਂ ਕਮੈਂਟ ਵਿੱਚ ਸ਼ੇਅਰ ਕਰਨਾ ਨਾ ਭੁੱਲੋ ਹੋਰਨਾਂ ਖਾਸ ਵੀਡੀਓਜ਼ ਲਈ ਜੁੜੇ ਰਹੋ ਕੈਨੇਡੀਅਨ মিডিਆ ਦਾ ਐਨ ਆਰ ਆਈ ਟੀਵੀ ਦੇ ਨਾਲ